ਅੰਤਿਮ ਸਮੇਂ ਅੱਜ ਪਹੁੰਚੇ ਹੋ ਛਿੰਦਾ ਜੀ ਦੇ ਤੇ, ਕਾਫੀ ਸਮਾਂ ਤੁਸੀਂ ਨਾਲ ਵੀ ਗਾਇਆ ਕਦੇ ਜਾਂ? ਨਹੀਂ ਮੈਂ ਕਦੇ ਨਾਲ ਨਹੀਂ ਗਾਇਆ, ਪਰ ਤੁਸੀਂ ਉਹ ਦੌਰ ਦੇਖਿਆ ਬਸ ਛਿੰਦਾ ਜੀ ਦਾ ਜਿਹੜਾ ਗਾਇਆ ਤਾਂ ਨਹੀਂ ਨਾਲ ਜੀ, ਰੱਜ ਕੇ ਸੁਣਿਆ ਛਿੰਦਾ ਸਾਹਿਬ ਨੂੰ, ਤੇ ਸੁਣਦੇ ਹੀ ਰਵਾਂਗੇ ਜਿੰਨਾ ਚਿਰ ਚਾਹੁੰਦੇ। ਠੀਕ ਹੈ ਜੀ। ਹਾਂ, ਐਸਾ ਫਨਕਾਰ ਐਸਾ ਕਲਾਕਾਰ ਬਹੁਤ ਮੁਸ਼ਕਲ ਹੈ ਪੈਦਾ, ਬਹੁਤ ਮੁਸ਼ਕਲ ਹੈ। ਕਿਵੇਂ ਦੇਖਿਆ ਜਾਂਦਾ ਹੈ ਜਿਵੇਂ ਅੱਜ? ਬਸ ਕਹਿ ਸਕਦੇ ਹਾਂ ਵੀ ਸਾਡੇ ਬਹੁਤ, ਜਿਵੇਂ ਕਹਿੰਦੇ ਨੇ ਸਿਖਰਲਾ ਟਾਣਾ ਟੁੱਟ ਜਾਣਾ, ਉਹ ਸਾਡੇ ਸੰਗੀਤ ਨਾਲ ਅੱਜ ਬਣੀ ਹੈ ਜੀ। ਬਿਲਕੁਲ। ਹੀਰਾ ਜੀ, ਜੇ ਤੁਸੀਂ ਵੀ ਜਿੱਦਾਂ ਆਪ ਹੀ ਲਿਖੇ ਆਪਣੇ ਗੀਤ ਜ਼ਿਆਦਾ ਗਾਉਂਦੇ ਹੈਗੇ, ਛਿੰਦਾ ਜੀ ਵੀ ਕਦੇ ਲਿਖਦੇ ਸੀ? ਨਹੀਂ, ਮੈਨੂੰ ਇੰਨਾ ਪਤਾ ਨਹੀਂ ਕਿ ਵੀ ਲਿਖਦੇ ਸੀ ਜਾਂ ਨਹੀਂ। ਅੱਛਾ ਜੀ। ਪਰ ਜੋ ਗਾਇਆ ਉਹਨਾਂ ਨੇ ਬਾਖਮਾਲ ਸਿਖਰ, ਸ਼੍ਰੋਮਣੀ ਗਾਇਕ ਦਾ ਵੀ ਉਹਨਾਂ ਕੋਲ ਅਵਾਰਡ ਮਿਲਿਆ, ਉਹ ਸਮੁੱਚੀ ਪੰਜਾਬੀਅਤ ਨੇ ਦਿੱਤਾ ਜੀ। ਹਾਂ, ਤੇ ਬੇਹੱਦ ਅਫਸੋਸ ਹੈ ਮਾਲਕ ਪਰਿਵਾਰ ਨੂੰ ਤੇ ਸਰੋਤਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਤੁਹਾਨੂੰ ਵੀ ਸਟੇਜਾਂ ਦਾ ਬਾਦਸ਼ਾਹ ਕਿਹਾ ਜਾਂਦਾ ਕਿ ਜਿੱਦਾਂ ਨਹੀਂ ਨਹੀਂ ਇਹਨਾਂ ਮੂਰੇ ਨਹੀਂ ਸੀ ਬਾਦਸ਼ਾਹ। ਹਾਂਜੀ, ਅਸੀਂ ਕਿਸੇ ਵੀ ਕਲਾਕਾਰ ਨੂੰ, ਚਲੋ ਉਹ ਲੋਕਾਂ ਦਾ ਪਿਆਰ ਹੁੰਦਾ ਨਾ, ਜਿਹੜਾ ਦੌਰ ਸੀਡੀਆਂ ਪਿੱਛੇ ਲਾ ਕੇ ਜਾਂ ਕਿੱਦਾਂ ਟ੍ਰੈਂਡ ਚੇਂਜ ਹੋ ਗਏ, ਪਰੰਤੂ ਚਲੋ ਇਹ ਇਦਾਂ ਦੀਆਂ ਗੱਲਾਂ ਇੱਥੇ ਖਾਸ ਕਰਕੇ ਸਟੇਜ ਤੇ ਦੇਖਿਆ ਤੁਸੀਂ? ਬਹੁਤ ਵਾਰ, ਬਹੁਤ ਵਾਰ ਦੇਖਿਆ, ਮੈਂ ਬਹੁਤ ਵਾਰ ਦੇਖਿਆ, ਮਿਲਣਾ ਘੱਟ ਮਿਲਿਆ, ਮੇਲ ਘੱਟ ਹੋਏ ਤੇ ਸੁਣਿਆ ਬਹੁਤ ਅੱਛਾ ਦੱਸਿਆ। ਹੀਰਾ ਜੀ, ਜਿੱਦਾਂ ਤੁਸੀਂ ਸਮਝੇ ਆਪਣਾ ਫਰਜ਼ ਸਮਝੇ ਅੱਜ ਇਸ ਰੂਹ ਨੂੰ ਜਿਹੜਾ ਦਰਸ਼ਨ ਕਰਨ ਦਾ ਜੀ ਜੀ, ਪਰੰਤੂ ਬਹੁਤ ਜਿਹੜੇ ਕਲਾਕਾਰ ਪੰਜਾਬੀ ਜੋ ਆ ਸੀਗੀ ਉਹਨੇ ਨਹੀਂ ਪਹੁੰਚੇ ਜੋ ਛਿੰਦਾ ਜੀ ਨੇ ਸਾਰੀ ਉਮਰ ਕਮਾਇਆ, ਤਾਂ ਇਹ ਕਿਉਂ ਤਾਂ ਇੰਡਸਟਰੀ ਦੇ ਵਿੱਚ ਇੱਦਾਂ ਦੀ ਚੀਜ਼ ਦੇਖ? ਨਹੀਂ, ਬਸ ਕਾਫੀ ਕਲਾਕਾਰ ਆਏ ਹੋਏ ਆ, ਕਈ ਵਾਰੀ ਕੋਈ ਬਾਹਰ ਬੂਰ ਗਏ ਹੁੰਦੇ ਆ ਆਰਟਿਸਟ, ਤਾਂ ਵੀ ਨਹੀਂ ਪਹੁੰਚੇ ਹੋਣਗੇ, ਬਾਕੀ ਜੇ ਕੋਈ ਨਹੀਂ ਆਇਆ ਕੋਈ ਨਹੀਂ, ਪਹੁੰਚ ਜਾਣਗੇ, ਕੋਈ ਪਹੁੰਚ ਜਾਣਗੇ, ਪਹੁੰਚ ਜਾਣਗੇ, ਕੋਈ ਨਹੀਂ ਭੋਗ ਤੇ ਪਹੁੰਚ ਜਾਣਗੇ। ਅੰਤਿਮ ਸਮੇਂ ਅੱਜ ਪਹੁੰਚੇ ਹੋ ਛਿੰਦਾ ਜੀ ਦੇ ਤੇ, ਕਾਫੀ ਸਮਾਂ ਤੁਸੀਂ ਨਾਲ ਵੀ ਗਾਇਆ ਕਦੇ ਜਾਂ? ਨਹੀਂ ਮੈਂ ਕਦੇ ਨਾਲ ਨਹੀਂ ਗਾਇਆ, ਪਰ ਤੁਸੀਂ ਉਹ ਦੌਰ ਦੇਖਿਆ ਬਸ ਜਿਹੜਾ ਗਾਇਆ ਤਾਂ ਨਹੀਂ ਨਾਲ ਜੀ, ਰੱਜ ਕੇ ਸੁਣਿਆ ਛਿੰਦਾ ਸਾਹਿਬ ਨੂੰ, ਤੇ ਸੁਣਦੇ ਹੀ ਰਵਾਂਗੇ ਜਿੰਨਾ ਚਿਰ ਚਾਹੁੰਦੇ। ਠੀਕ ਹੈ ਜੀ। ਹਾਂ, ਐਸਾ ਫਨਕਾਰ ਐਸਾ ਕਲਾਕਾਰ ਬਹੁਤ ਮੁਸ਼ਕਲ ਹੈ ਪੈਦਾ, ਬਹੁਤ ਮੁਸ਼ਕਲ ਹੈ। ਕਿਵੇਂ ਦੇਖਿਆ ਜਾਂਦਾ ਹੈ ਜਿਵੇਂ ਅੱਜ? ਬਸ ਕਹਿ ਸਕਦੇ ਹਾਂ ਵੀ ਸਾਡੇ ਬਹੁਤ, ਜਿਵੇਂ ਕਹਿੰਦੇ ਨੇ ਸਿਖਰਲਾ ਟਾਣਾ ਟੁੱਟ ਜਾਣਾ, ਉਹ ਸਾਡੇ ਸੰਗੀਤ ਨਾਲ ਅੱਜ ਬਣੀ ਹੈ ਜੀ। ਬਿਲਕੁਲ। ਹੀਰਾ ਜੀ, ਤੁਸੀਂ ਵੀ ਜਿੱਦਾਂ ਆਪ ਹੀ ਲਿਖੇ ਆਪਣੇ ਗੀਤ ਜ਼ਿਆਦਾ ਗਾਉਂਦੇ ਹੈਗੇ, ਛਿੰਦਾ ਜੀ ਵੀ ਕਦੇ ਲਿਖਦੇ ਸੀ? ਨਹੀਂ, ਮੈਨੂੰ ਇੰਨਾ ਪਤਾ ਨਹੀਂ ਕਿ ਵੀ ਲਿਖਦੇ ਸੀ ਜਾਂ ਨਹੀਂ। ਅੱਛਾ ਜੀ। ਪਰ ਜੋ ਗਾਇਆ ਉਹਨਾਂ ਨੇ ਬਾਖਮਾਲ ਸਿਖਰ, ਸ਼੍ਰੋਮਣੀ ਗਾਇਕ ਦਾ ਵੀ ਉਹਨਾਂ ਕੋਲ ਅਵਾਰਡ ਮਿਲਿਆ, ਉਹ ਸਮੁੱਚੀ ਪੰਜਾਬੀਅਤ ਨੇ ਦਿੱਤਾ ਜੀ। ਹਾਂ, ਤੇ ਬੇਹੱਦ ਅਫਸੋਸ ਹੈ ਮਾਲਕ ਪਰਿਵਾਰ ਨੂੰ ਤੇ ਸਰੋਤਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਤੁਹਾਨੂੰ ਵੀ ਸਟੇਜਾਂ ਦਾ ਬਾਦਸ਼ਾਹ ਕਿਹਾ ਜਾਂਦਾ ਕਿ ਜਿੱਦਾਂ? ਨਹੀਂ ਨਹੀਂ, ਇਹਨਾਂ ਮੂਰੇ ਨਹੀਂ ਸੀ ਬਾਦਸ਼ਾਹ। ਹਾਂਜੀ, ਅਸੀਂ ਕਿਸੇ ਵੀ ਕਲਾਕਾਰ ਨੂੰ, ਚਲੋ ਉਹ ਲੋਕਾਂ ਦਾ ਪਿਆਰ ਹੁੰਦਾ ਨਾ, ਜਿਹੜਾ ਦੌਰ ਸੀਡੀਆਂ ਪਿੱਛੇ ਲਾ ਕੇ ਜਾਂ ਕਿੱਦਾਂ ਟ੍ਰੈਂਡ ਚੇਂਜ ਹੋ ਗਏ, ਪਰੰਤੂ ਚਲੋ ਇਹ ਇਦਾਂ ਦੀਆਂ ਗੱਲਾਂ ਇੱਥੇ ਖਾਸ ਕਰਕੇ ਸਟੇਜ ਤੇ ਦੇਖਿਆ ਤੁਸੀਂ? ਬਹੁਤ ਵਾਰ, ਬਹੁਤ ਵਾਰ ਦੇਖਿਆ, ਮੈਂ ਦੇਖਿਆ ਬਹੁਤ ਵਾਰ ਦੇਖਿਆ, ਮਿਲਣਾ ਘੱਟ ਮਿਲਿਆ, ਬਸ ਮੇਲ ਘੱਟ ਹੋਏ ਤੇ ਸੁਣਿਆ ਬਹੁਤ ਅੱਛਾ ਦੱਸਿਆ। ਹੀਰਾ ਜੀ, ਜਿੱਦਾਂ ਤੁਸੀਂ ਸਮਝੇ ਆਪਣਾ ਫਰਜ਼ ਸਮਝੇ ਅੱਜ ਇਸ ਰੂਹ ਨੂੰ ਜਿਹੜਾ ਦਰਸ਼ਨ ਕਰਨ ਦਾ ਜੀ ਜੀ, ਪਰੰਤੂ ਬਹੁਤ ਜਿਹੜੇ ਕਲਾਕਾਰ ਪੰਜਾਬੀ ਜੋ ਆ ਸੀਗੀ ਉਹਨੇ ਨਹੀਂ ਪਹੁੰਚੇ ਜੋ ਛਿੰਦਾ ਜੀ ਨੇ ਸਾਰੀ ਉਮਰ ਕਮਾਇਆ, ਤਾਂ ਇਹ ਕਿਉਂ ਤਾਂ ਇੰਡਸਟਰੀ ਦੇ ਵਿੱਚ ਇੱਦਾਂ ਦੀ ਚੀਜ਼ ਦੇਖ? ਨਹੀਂ, ਬਸ ਕਾਫੀ ਕਲਾਕਾਰ ਆਏ ਹੋਏ ਆ, ਕਈ ਵਾਰੀ ਕੋਈ ਬਾਹਰ ਬੂਰ ਗਏ ਹੁੰਦੇ ਆ ਆਰਟਿਸਟ, ਤਾਂ ਵੀ ਨਹੀਂ ਪਹੁੰਚੇ ਹੋਣਗੇ, ਬਾਕੀ ਜੇ ਕੋਈ ਨਹੀਂ ਆਇਆ ਕੋਈ ਨਹੀਂ, ਪਹੁੰਚ ਜਾਣਗੇ, ਕੋਈ ਪਹੁੰਚ ਜਾਣਗੇ, ਪਹੁੰਚ ਜਾਣਗੇ, ਕੋਈ ਭੋਗ ਤੇ ਪਹੁੰਚ ਜਾਣਗੇ।